ਕਿਉਂਕਿ ਮੈਂ ਸਮਝਦਾ ਕਿ ਸਾਡੇ ਬੱਚਿਆਂ ਨੂੰ ਪੰਜਾਬ ਦੇ ਵਿੱਚ ਨੌਕਰੀਆਂ ਜਿਹੜੀਆਂ ਉਹ ਸਾਡੀਆਂ ਨੌਕਰੀਆਂ ਹਰਿਆਣਾ ਰਾਜਸਥਾਨ ਤੇ ਦਿੱਲੀ ਦੇ ਲੋਕ ਲੈ ਕੇ ਜਾ ਰਹੇ ਨੇ ਕਿਉਂਕਿ ਮੈਂ ਪਿੰਡਾਂ ਚ ਘੁੰਮ ਘੁੰਮ ਕੇ ਜਦੋਂ ਪੁੱਛਦਾ ਤਾਂ ਮੈਨੂੰ ਨਾ ਪੱਖੀ ਜਵਾਬ ਮਿਲਦਾ। ਪਹਿਲਾਂ ਇੱਕ ਵਾਰ ਇਸ ਮੁੱਦੇ ਦੇ ਉੱਤੇ ਭਗਵੰਤ ਮਾਨ ਦਾ ਤੁਸੀਂ ਜਿਹੜਾ ਵਿਚਾਰ ਉਹਦੇ ਸੁਣੋ ਕਿ ਉਹ ਕੀ ਕਹਿੰਦਾ। ਪਿੱਛੇ ਮੈਨੂੰ ਪਤਾ ਲੱਗਿਆ ਜਿਹੜਾ ਸੰਗਰੂਰ ਤੋਂ ਖੜਾ ਉਹ ਜਿਹੜਾ ਹਰੇਕ ਨਾਲ ਹੀ ਲੜਦਾ ਹੈਗਾ ਖਹਿਰਾ, ਉਹ ਕਹਿੰਦਾ ਕਹਿੰਦਾ ਜੀ ਬਾਹਰਲੇ ਸੂਬਿਆਂ ਤੋਂ ਜਿਹੜੇ ਆਉਂਦੇ ਨੇ ਉਹਨਾਂ ਤੇ ਪਾਬੰਦੀ ਲਾਓ। ਉਹ ਮੇਰੇ ਵੀਰੋ, ਪੰਜਾਬ ਤਾਂ ਸਾਰਿਆਂ ਨੂੰ ਰੋਟੀ ਖਵਾਉਂਦਾ ਹੈ, ਅੱਜ ਤਾਂ ਲੰਗਰ ਲਾ ਕੇ ਪੁੱਛਦੇ ਥੋੜੀ ਹੈ ਕਿੱਥੋਂ ਆਇਆ ਤੂੰ। ਇਹ ਤਾਂ ਇੱਥੇ ਪੰਜਾਬ ਦਾ ਸੂਬਾ ਜਿਹੜਾ ਧਰਤੀ ਹੈ ਉਹ ਬਰਕਤ ਵਾਲੀ ਹੈ, ਉਹ ਰੋਟੀ ਖਵਾਉਂਦੀ ਹੈ ਸਾਰਿਆਂ ਨੂੰ। ਤੇ ਫਿਰ ਆਪਣੇ ਬੰਦੇ ਵੀ ਬਾਹਰ ਬੈਠੇ ਅੰਗਰੇਜ਼ਾਂ ਦੇ ਕੋਲੇ ਜਾ ਕੇ, ਆਪਾਂ ਨੇ ਵੀ ਤਰੱਕੀਆਂ ਬਹੁਤ ਕੀਤੀਆਂ ਉਹਨਾਂ ਮੁਲਕਾਂ ਜਾ ਕੇ। ਸੋ ਇਸ ਤਰ੍ਹਾਂ ਦੀ ਛੋਟੀ ਸੋਚ ਜਿਹੜੀ ਹੈ ਉਹਨਾਂ ਉਹ ਰੱਖਣੀ ਚਾਹੀਦੀ, ਇਹ ਗਲਤ ਗੱਲ ਹੈ। ਹੁਣ ਤੁਸੀਂ ਸੁਣਿਆ ਕਿ ਚਲੋ ਇੱਕ ਤਾਂ ਨੁਕਤੇ ਦੀ ਨੁਕਤਾ ਚੀਨੀ ਕਰਨੀ ਅਲੱਗ ਗੱਲ ਹੈ, ਇੱਕ ਕੋਈ ਖਹਿਰਾ ਖੜਾ ਇੱਥੇ, ਇਹ ਕੋਈ ਖਹਿਰਾ ਵਾ, ਉਹ ਸਾਰਿਆਂ ਨਾਲ ਲੜਦਾ। ਮੈਂ ਕਿਹਦੇ ਨਾਲ ਲੜਦਾ? ਮੈਂ ਸਰਕਾਰਾਂ ਨਾਲ ਲੜਦਾ ਜ਼ਰੂਰ, ਲੋਕਾਂ ਦੇ ਹਕੂਕ ਲਈ ਲੜਦਾ, ਪਰ ਮੈਂ ਮੁੱਦੇ ਤੇ ਆਉਣਾ। ਮੈਂ ਜਿਹੜੀ ਗੱਲ ਹੈ, ਜਦੋਂ ਪਿੰਡਾਂ ਚ ਗਿਆ ਮੈਂ, ਤਕਰੀਬਨ 300 ਪਿੰਡ ਕਵਰ ਕੀਤਾ ਸੰਗਰੂਰ ਲੋਕ ਸਭਾ ਦਾ। ਜਦੋਂ ਮੈਂ ਪਿੰਡਾਂ ਜਾ ਕੇ ਲੋਕਾਂ ਨੂੰ ਪੁੱਛਦਾ ਵਾ ਕਿ ਕਿਉਂਕਿ ਭਗਵੰਤ ਮਾਨ ਇੱਕੋ ਗੱਲ ਜ਼ਿਆਦਾ ਬਾਰ ਬਾਰ ਕਹਿ ਰਿਹਾ ਕਿ ਮੈਂ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਨੌਕਰੀਆਂ ਦਿੱਤੀਆਂ, ਉਹ 28,000 ਤੋਂ ਸ਼ੁਰੂ ਹੋਏ ਸੀ, 28,000 ਦਿੱਤੀ, ਫਿਰ ਕਹਿੰਦੇ 32,000 ਦਿੱਤੀ, ਫਿਰ ਕਹਿੰਦੇ 35,000 ਦਿੱਤੀ, 40,000 ਦਿੱਤੀ। ਚਲੋ ਮੈਂ ਕਿਹਾ ਜੀ 40,000 ਤੁਸੀਂ ਨੌਕਰੀ ਦਿੱਤੀ। ਮੈਂ ਪਿੰਡਾਂ ਜਾ ਕੇ ਜਦੋਂ ਪੁੱਛਦਾ ਮੈਨੂੰ ਜਵਾਬ ਕੰਪਲੀਟ ਹੱਥ ਲਾ ਕੇ ਨਾ ਪੱਖੀ ਮਿਲਦਾ ਕਿ ਸਾਡੇ ਪਿੰਡ ਕੋਈ ਨੌਕਰੀ ਮਿਲੀ। ਇਹ ਹੁਣ ਟਿੱਬੇ ਪਿੰਡ ਦੀ ਕਿੰਨੀ ਕੁ ਵੋਟ ਹੈ ਮੇਰੇ ਵੀਰੋ, ਦੱਸੋ ਜ਼ਰਾ। 2500 ਵੋਟ, ਮਤਲਬ ਕਿ 4-5,000 ਆਬਾਦੀ ਆ। ਲੈ ਮੈਂ ਹੁਣ ਇੱਕ ਵਾਰੀ ਟਿੱਬਾ ਦੇ ਸਤਿਕਾਰਯੋਗ ਭੈਣਾਂ ਭਰਾਵਾਂ ਨੂੰ ਪੁੱਛਣਾ ਚਾਹੁੰਦਾ ਕਿ ਪਿਛਲੇ 2 ਸਾਲਾਂ ਵਿੱਚ ਭਗਵੰਤ ਮਾਨ ਦੀ ਸਰਕਾਰ ਨੇ ਤੁਹਾਡੇ ਬੱਚਿਆਂ ਨੂੰ ਕਿਸੇ ਨੂੰ ਸਰਕਾਰੀ ਨੌਕਰੀ ਦਿੱਤੀ? ਉੱਥੇ ਜ਼ਰਾ ਦੱਸੋ ਜੀ, ਇੱਧਰ ਵੀ ਪੁੱਛੋ ਜ਼ਰਾ, ਇੱਧਰ ਪੁੱਛੋ ਜੀ, ਕੋਈ ਨੌਕਰੀ ਮਿਲੀ ਤੁਹਾਡੇ ਪਿੰਡ ਵਿੱਚ? ਭਗਵੰਤ ਮਾਨ ਜੀ, ਮੈਂ ਤੁਹਾਨੂੰ ਹੁਣ ਪੁੱਛਣਾ ਚਾਹੁੰਦਾ ਕਿ ਇਹ ਨੌਕਰੀਆਂ ਗਈਆਂ ਕਿੱਥੇ ਨੇ? ਉਹਦੇ 'ਚ 2 ਕਾਰਨ ਨੇ। ਇੱਕ ਤਾਂ ਹੈ ਕਿ ਤੁਸੀਂ ਕੁਛ ਪੁਰਾਣੀਆਂ ਕੱਚੇ ਮੁਲਾਜ਼ਮਾਂ ਨੂੰ ਕੰਟਰੈਕਟ ਬੇਸਿਸ ਵਾਲਿਆਂ ਨੂੰ ਸ਼ਾਇਦ ਰੈਗੂਲਰਾਈਜ਼ ਕੀਤਾ, ਪਰ ਮੇਰੇ ਕੋਲ ਜਿਹੜੀਆਂ ਲਿਸਟਾਂ ਪਈਆਂ ਨੇ, ਜਿਹੜੇ ਤੁਸੀਂ PSPCL ਬਿਜਲੀ ਬੋਰਡ 'ਚ ਮੁਲਾਜ਼ਮ ਰੱਖੇ, ਉਹ ਸਾਰੇ ਰਾਜਸਥਾਨ ਦਿੱਲੀ ਹਰਿਆਣੇ ਦੇ ਰੱਖੇ ਨੇ। ਜਿਹੜੇ JEE ਰੱਖੇ ਉਹ ਸਾਰੇ ਦਿੱਲੀ ਹਰਿਆਣਾ ਰਾਜਸਥਾਨ ਦੇ ਰੱਖੇ ਨੇ। ਜਿਹੜੇ ਕਲਰਕ ਹੋਏ ਪੰਜਾਬ ਸਬਆਰਡੀਨੇਟ ਸਿਲੈਕਸ਼ਨ ਬੋਰਡ ਵਿੱਚ ਭਰਤੀ, ਉਹ ਸਾਰੇ ਬਾਹਰਲੇ ਸੂਬਿਆਂ ਦੇ ਨੇ। ਅਤੇ ਹੋਰ ਨੌਕਰੀਆਂ ਜਿਹੜੀਆਂ ਤੁਸੀਂ ਦਿੱਤੀਆਂ, ਜ਼ਿਆਦਾਤਰ ਨੌਕਰੀਆਂ ਬਾਹਰਲਿਆਂ ਦੇ ਕੋਲ ਨੇ, ਇਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਇਹ ਨੌਕਰੀਆਂ ਸਹੀ ਮਾਇਨੇ ਵਿੱਚ ਨਹੀਂ ਮਿਲੀਆਂ। ਔਰ ਅਗਰ ਸੰਗਰੂਰ ਦੀ ਤੁਸੀਂ ਮੈਨੂੰ ਇੱਕ ਵਾਈਟ ਪੇਪਰ ਛਾਪ ਦਿਓ, ਕੱਲ੍ਹ ਨੂੰ ਮੇਰੀ ਤੁਹਾਨੂੰ ਇਹ ਚੁਣੌਤੀ ਹੈ ਕਿ ਇੱਕ ਵਾਈਟ ਪੇਪਰ ਜਾਰੀ ਕਰੋ ਸੰਗਰੂਰ ਲੋਕ ਸਭਾ ਹਲਕੇ ਦਾ, ਕਿ ਸੰਗਰੂਰ ਲੋਕ ਸਭਾ ਹਲਕੇ ਵਿੱਚ ਪਿਛਲੇ 26 ਮਹੀਨਿਆਂ ਦੇ ਵਿੱਚ ਤੁਸੀਂ ਕਿੰਨੇ ਨੌਜਵਾਨਾਂ ਨੂੰ ਡਿਪਾਰਟਮੈਂਟ ਵਾਈਜ਼ ਕਿੰਨੀਆਂ ਨੌਕਰੀਆਂ ਦਿੱਤੀਆਂ ਹਨ। ਇੱਕ ਤਾਂ ਨੁਕਤਾ ਮੇਰਾ ਇਹ ਹੈ। ਦੂਸਰਾ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਮੈਂ ਕਹਿ ਕੀ ਰਿਹਾ ਹਾਂ? ਤੁਸੀਂ ਕਹਿੰਦੇ ਕਿ ਬਾਹਰਲਿਆਂ ਨੂੰ ਰੋਕਦਾ ਖਹਿਰਾ, ਨੋ, ਮੈਂ ਗੈਰ ਪੰਜਾਬੀਆਂ ਦੇ ਬਿਲਕੁਲ ਖਿਲਾਫ਼ ਨਹੀਂ ਗਾ। ਗੈਰ ਪੰਜਾਬੀ ਪੰਜਾਬ ਦੇ ਵਿੱਚ 100 ਵਾਰੀ ਆਉਣ, ਆਪਣੀ ਕਮਾਈ ਕਰਨ, ਬੱਚੇ ਪਾਲਣ, ਘਰ ਆਪਣੇ ਪਾਲਣ, ਘਰਾਂ ਨੂੰ ਵਧਾਉਣ ਫਲਾਉਣ, ਮੈਨੂੰ ਕੋਈ ਇਤਰਾਜ਼ ਨਹੀਂ ਗਾ। ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਇੱਕ ਵਿਲੱਖਣ ਸਟੇਟ ਹੈ। ਪੰਜਾਬ ਦੇ ਵਿੱਚ ਜਿਵੇਂ ਮਾਈਨੋਰਿਟੀਜ਼, ਸਿੱਖ ਆਬਾਦੀ, ਸਾਡੇ ਪੰਜਾਬੀ ਭਰਾ, ਸਾਡੇ ਕੋਲ ਹੋਰ ਕੋਈ ਸੂਬਾ ਪੰਜਾਬ ਤੋਂ ਇਲਾਵਾ ਨਹੀਂ ਹੈ ਰਹਿਣ ਵਾਸਤੇ। ਤਾਂ ਮੇਰੀ ਪ੍ਰਪੋਜ਼ਲ ਕੀ ਆ
ਉਹ ਇੱਧਰ ਇੱਕ ਵਾਰੀ ਮੇਰਾ ਧਿਆਨ ਨਾਲ ਸੁਣੋ ਤੁਸੀਂ, ਮੇਰੀ ਪ੍ਰਪੋਜ਼ਲ ਇਹ ਹੈ ਕਿ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਇੱਕ ਕਾਨੂੰਨ ਬਣਾਇਆ ਜਾਵੇ ਕਿ ਜਿਸ ਵੀ ਕਿਸੇ ਬੰਦੇ ਨੇ ਹਿਮਾਚਲ ਪ੍ਰਦੇਸ਼ ਵਿੱਚ ਜ਼ਮੀਨ ਲੈਣੀ ਆ, ਉਹ ਸ਼ਰਤਾਂ ਪੂਰੀਆਂ ਕਰੇ ਇਸ ਹਿਮਾਚਲ ਪ੍ਰਦੇਸ਼ ਦੇ ਲਾਅ ਮੁਤਾਬਕ। ਲਾਅ ਕੀ ਆ? ਹਿਮਾਚਲ ਪ੍ਰਦੇਸ਼ ਟੈਨੈਂਸੀ ਐਕਟ 1972। 52 ਸਾਲ ਪਹਿਲਾਂ ਹਿਮਾਚਲ ਪ੍ਰਦੇਸ਼ ਨੇ ਕਾਨੂੰਨ ਬਣਾਇਆ ਹੋਇਆ ਕਿ ਜਿਸ ਕਿਸੇ ਨੇ ਜ਼ਮੀਨ ਖਰੀਦਣੀ ਹੈ ਐਗਰੀਕਲਚਰ, ਕੋਈ ਆਪਣਾ ਵੋਟਰ ਬਣਨਾ ਹੈ ਜਾਂ ਸਰਕਾਰੀ ਨੌਕਰੀ ਲੈਣੀ ਆ, ਆਹ ਸ਼ਰਤਾਂ ਪੂਰੀਆਂ ਕਰਦੇ ਲੈ ਸਕਦੇ ਹੋ। ਇਕਦਮ ਤੁਰੇ ਜਾਂਦੇ ਕੋਈ ਵੀ ਵੜ ਕੇ ਹਿਮਾਚਲ ਦੇ ਵਿੱਚ ਕੋਈ ਨੌਕਰੀ ਜਾਂ ਵੋਟਰ ਜਾਂ ਸਰਕਾਰੀ ਖੇਤੀ ਦੀ ਜ਼ਮੀਨ ਨਹੀਂ ਲੈ ਸਕਦਾ। ਅਗਰ ਇੱਦਾਂ ਹੁੰਦਾ ਤਾਂ ਹਿਮਾਚਲ ਦੇ ਤਾਂ ਦੋ ਦੋ ਚਾਰ ਚਾਰ ਪੰਜ ਪੰਜ ਬਿੱਗਿਆਂ ਦੇ ਮਾਲਕ ਸੀਗੇ, ਅਮੀਰਾਂ ਨੇ, ਕਲਕੱਤੇ, ਦਿੱਲੀ ਤੇ ਬੰਬੇ ਦੇ ਲੋਕਾਂ ਨੇ ਹਿਮਾਚਲੀਆਂ ਦੇ ਬਾਗ ਖਰੀਦ ਲੈਣੇ ਸੀ ਤੇ ਹਿਮਾਚਲੀਆਂ ਨੂੰ ਉਹਨਾਂ ਦੇ ਬਾਗਾਂ ਦੇ ਵਿੱਚ ਹੀ ਗੁਲਾਮ ਤੇ ਨੌਕਰ ਬਣਾਉਣਾ ਸੀ। ਇਸ ਲਈ ਉਹਨਾਂ ਦਾ ਜਿਹੜਾ ਪੁਰਾਣਾ ਚੀਫ ਮਿਨਿਸਟਰ ਸੀ ਡਾਕਟਰ ਵਾਇਸ ਪਰਮਾਰ ਕਾਂਗਰਸ ਦਾ, ਉਸਨੇ 52 ਸਾਲ ਪਹਿਲਾਂ ਇੱਕ ਲਾਅ ਬਣਾਤਾ ਜਿਹਦੇ ਕਰਕੇ ਕੋਈ ਵੀ ਗੈਰ ਹਿਮਾਚਲੀ ਉੱਥੇ ਸਰਕਾਰੀ ਨੌਕਰੀ ਨਹੀਂ ਲੈ ਸਕਦਾ। ਔਰ ਦੋਸਤੋ, ਇਹ ਲਾਅ ਇਕੱਲਾ ਹਿਮਾਚਲ ਚ ਨਹੀਂ ਗਾ, ਪ੍ਰਾਈਮ ਮਿਨਿਸਟਰ ਸਾਹਿਬ ਦੀ ਸਟੇਟ ਗੁਜਰਾਤ ਵਿੱਚ ਵੀ ਇਹ ਕਾਨੂੰਨ ਹੈ। ਕੋਈ ਵੀ ਗੈਰ ਗੁਜਰਾਤੀ ਉੱਥੇ ਜ਼ਮੀਨ ਨਹੀਂ ਲੈ ਸਕਦਾ, ਉੱਥੇ ਵੋਟਰ ਨਹੀਂ ਬਣ ਸਕਦਾ, ਉੱਥੇ ਸਰਕਾਰੀ ਨੌਕਰੀ ਨਹੀਂ ਲੈ ਸਕਦਾ। ਬੀਜੇਪੀ ਨੇ ਹੁਣ ਉੱਤਰਾਖੰਡ ਦੇ ਵਿੱਚ ਵੀ ਇੱਕ ਕਾਨੂੰਨ ਪਾਸ ਕਰਤਾ ਕਿ ਕੋਈ ਵੀ ਗੈਰ ਉੱਤਰਾਖੰਡੀ ਵੋਟਰ ਨਹੀਂ ਬਣ ਸਕਦਾ, ਜ਼ਮੀਨ ਨਹੀਂ ਲੈ ਸਕਦਾ, ਸਰਕਾਰੀ ਨੌਕਰੀ ਨਹੀਂ ਲੈ ਸਕਦਾ। ਇਸ ਵਿੱਚ ਮੈਂ ਕੀ ਗਲਤ ਗੱਲ ਕਰ ਰਿਹਾ ਹਾਂ? ਕੁਛ ਅਖਬਾਰਾਂ ਨੇ ਹੈਡਿੰਗ ਲਾ ਤੇ ਕਿ ਖਹਿਰੇ ਨੇ ਕਿਹਾ ਅਸੀਂ ਯੂਪੀ ਤੇ ਬਿਹਾਰ ਦੇ ਲੋਕਾਂ ਦਾ ਕਬਜ਼ਾ ਪੰਜਾਬ ਤੇ ਨਹੀਂ ਹੋਣ ਦੇਵਾਂਗੇ। ਇਹ ਸ਼ਬਦ ਮੈਂ ਬਿਲਕੁਲ ਨਹੀਂ ਵਰਤੇ। ਮੈਂ ਕਿਹਾ ਕਿ ਕੋਈ ਵੀ ਗੈਰ ਪੰਜਾਬੀ ਆਵੇ, ਜੀ ਸੱਦ ਕੇ ਆਵੇ, ਸਾਡੀਆਂ ਸ਼ਰਤਾਂ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਪੂਰੀਆਂ ਕਰਕੇ ਇੱਥੇ ਖੇਤੀ ਦੀ ਜ਼ਮੀਨ ਵੀ ਲਵੇ, ਵੋਟਰ ਵੀ ਬਣੇ, ਨੌਕਰੀ ਵੀ ਲਵੇ। ਪਰ ਜਿਹੜਾ ਬੰਦਾ ਕੋਈ ਬਿਨਾਂ ਕਿਸੇ ਰਿਕਾਰਡ ਤੋਂ ਹੀ ਜਿਹੜਾ ਇੰਨੀ ਵੱਡੀ ਆਬਾਦੀ ਤੁਰੀ ਜਾਂਦੀ ਹੈ, ਕਿਉਂਕਿ ਸਾਡੇ ਪੰਜਾਬ ਦੇ ਬੱਚੇ ਵਿਦੇਸ਼ਾਂ ਵਿੱਚ ਗਏ। ਭਗਵੰਤ ਮਾਨ ਨੇ ਕਿਹਾ ਕਿ ਅੰਗਰੇਜ਼ਾਂ ਤੋਂ ਨੌਕਰੀਆਂ ਕਰਦੇ। ਭਗਵੰਤ ਮਾਨ ਜੀ, ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਇੰਗਲੈਂਡ ਕੋਈ ਤੁਰਿਆ ਜਾਂਦਾ ਉੱਥੇ ਜਾ ਕੇ ਵੋਟਰ ਨਹੀਂ ਬਣ ਸਕਦਾ ਜਿਵੇਂ ਪੰਜਾਬ 'ਚ ਬਣਦਾ? ਕੋਈ ਤੁਰਿਆ ਜਾ ਕੇ ਬਾਹਰਲਾ ਉੱਥੇ ਸਿੱਧਾ ਨੌਕਰੀ ਨਹੀਂ ਲੈ ਸਕਦਾ? ਪਹਿਲਾਂ ਪਾਸਪੋਰਟ ਸ਼ਰਤਾਂ ਦੇਖੋ ਉਹਨਾਂ ਦੀਆਂ, ਪਹਿਲਾਂ ਪਾਸਪੋਰਟ ਚਾਹੀਦਾ, ਫਿਰ ਵੀਜ਼ਾ ਚਾਹੀਦਾ, ਫਿਰ PR ਵਾਸਤੇ ਪੂਰਾ 2-3 ਸਾਲ ਦਾ ਪ੍ਰੋਸੈਸ ਹੈਗਾ। ਜੇ ਤੁਸੀਂ ਸਿਟੀਜ਼ਨ ਬਣਨਾ ਤਾਂ ਕਈ ਵਾਰੀ ਕਈਆਂ ਦੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ, ਸਿਟੀਜ਼ਨ ਨਹੀਂ ਬਣਦੇ। ਸ਼ਰਤਾਂ ਪੂਰੀਆਂ ਕਰਕੇ ਦੂਸਰੇ ਦੇਸ਼ ਦੇ ਨਾਗਰਿਕ ਤੁਸੀਂ ਬਣ ਸਕਦੇ ਹੋ। ਬਸ ਇਹੀ ਤਾਂ ਮੈਂ ਕਹਿ ਰਿਹਾ ਭਗਵੰਤ, ਜਿਹੜਾ ਪੰਜਾਬ ਦੇ ਵਿੱਚ ਆਉਣਾ ਚਾਹੁੰਦਾ ਉਹ ਸ਼ਰਤਾਂ ਪੂਰੀਆਂ ਕਰਕੇ ਸਾਡੇ ਪੰਜਾਬ ਦੇ ਵਿੱਚ ਆਵੇ, ਕਿਉਂਕਿ ਪੰਜਾਬ, ਮੈਂ ਜਿੱਦਾਂ ਕਿਹਾ ਕਿ ਮਾਈਨੋਰਿਟੀ ਸਿੱਖਾਂ ਦੇ ਕੋਲ ਇੱਕੋ ਹੀ ਸਟੇਟ ਆ, ਔਰ ਸਾਡੀ ਆਬਾਦੀ ਪਿਛਲੇ ਕਾਫੀ ਅਰਸੇ ਤੋਂ ਨਿਰਾਸ਼ ਹੋ ਕੇ, ਨੌਜਵਾਨ ਨੌਕਰੀਆਂ ਨਹੀਂ ਮਿਲ ਰਹੀਆਂ, ਸਾਡੀ ਖੇਤੀ ਹੋ ਗਈ ਹੈ, ਕੋਈ ਐਗਰੋ ਬੇਸਡ ਇੰਡਸਟਰੀ ਨਹੀਂ ਹੈ, ਸਾਡਾ ਪਾਣੀ ਥੱਲੇ ਜਾ ਰਿਹਾ ਵਾ, ਇਸ ਕਰਕੇ ਸਾਡੇ ਨੌਜਵਾਨ ਹੌਲੀ ਹੌਲੀ ਕੁਛ ਦਹਾਕਿਆਂ ਤੋਂ ਮਾਈਗ੍ਰੇਟ ਕਰਨ ਲੱਗ ਗਏ, ਔਰ ਜਾਂਦੇ ਜਾਂਦੇ ਅੱਜ 3 ਕਰੋੜ ਆਬਾਦੀ ਚੋਂ 70-75 ਲੱਖ ਪੰਜਾਬ ਦੇ ਵਸਨੀਕ ਸਾਰੀ ਦੁਨੀਆਂ ਦੇ ਵਿੱਚ ਫੈਲ ਚੁੱਕੇ ਨੇ। ਠੀਕ ਹੈ, ਉਹ ਤਰੱਕੀ ਉਹਨਾਂ ਨੇ ਕੀਤੀ ਹੈ, ਪਰ ਪਿੱਛੇ ਅਗਰ ਉਹਨਾਂ ਦੀ ਜਗ੍ਹਾ ਤੇ ਉਸ ਵੱਡੇ ਪੱਧਰ ਦੇ ਉੱਤੇ ਗੈਰ ਪੰਜਾਬੀ ਆਣ ਕੇ ਸਿੱਧੇ ਹੀ ਬਿਨਾਂ ਕਿਸੇ ਸ਼ਰਤ ਤੋਂ ਇੱਥੇ ਪਹੁੰਚ ਜਾਣਗੇ ਤੇ ਫਿਰ ਪੰਜਾਬ ਦੀ ਡੈਮੋਗ੍ਰਾਫਿਕ ਸਿਚੁਏਸ਼ਨ, ਪੰਜਾਬ ਦੇ ਆਬਾਦੀ ਦਾ ਸੰਤੁਲਨ ਵਿਗੜ ਜਾਵੇਗਾ ਤੇ 15-20 ਸਾਲ ਬਾਅਦ ਸ਼ਾਇਦ ਇਹ ਪੱਗ ਤੁਹਾਨੂੰ ਪੰਜਾਬ 'ਚ ਆ ਜ਼ੁਬਾਨ ਮੈਂ ਜਿਹੜੀ ਬੋਲ ਰਿਹਾ, ਸਾਡਾ ਸੱਭਿਆਚਾਰ ਸ਼ਾਇਦ ਪੰਜਾਬ ਦੇ ਵਿੱਚ ਹੀ ਤੁਹਾਨੂੰ ਨਾ ਮਿਲੇ। ਮੇਰਾ ਨੁਕਤਾ, ਮੇਰੀ ਬਹਿਸ ਇਹ ਹੈ। ਅੱਗੇ ਆ ਜਾਓ, ਰਵਨੀਤ ਬਿੱਟੂ ਨੇ ਬਿਆਨ ਦਿੱਤਾ, ਕਿਉਂਕਿ ਜਦੋਂ ਅਸੀਂ ਇੱਦਾਂ ਦਾ ਪੰਜਾਬ ਪੱਖੀ ਬਿਆਨ ਦਿੰਦੇ ਹਾਂ ਉਹ ਸਾਡੇ ਤੇ ਇਹ ਲਾਉਂਦੇ ਨੇ ਇਲਜ਼ਾਮ ਕਿ ਇਹ ਅਲੱਗਵਾਦੀ ਨੇ, ਇਹ ਹੋਰ ਹੀ ਦੇਸ਼ ਦੇ ਖਿਲਾਫ ਗੱਲਾਂ ਕਰਦੇ ਆ। ਮੈਂ ਬਿੱਟੂ ਨੂੰ ਪੁੱਛਣਾ ਚਾਹੁੰਦਾ, ਰਵਨੀਤ ਨੂੰ,
ਕਿ ਤੁਸੀਂ ਹੁਣ ਬੀਜੇਪੀ ਜੁਆਇਨ ਕੀਤੀ ਆ, ਤੁਹਾਡੇ ਪ੍ਰਾਈਮ ਮਿਨਿਸਟਰ ਸਾਹਿਬ ਨੇ, ਮੋਦੀ ਸਾਹਿਬ ਤੇ ਬੀਜੇਪੀ ਸਰਕਾਰ ਨੇ ਇੱਕ ਸਿਟੀਜ਼ਨ ਅਮੈਂਡਮੈਂਟ ਐਕਟ ਲਿਆਂਦਾ ਪਾਰਲੀਮੈਂਟ ਵਿੱਚ। ਉਹ ਕੀ ਐਕਟ? ਉਹਦੇ ਚ ਉਹਨਾਂ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਕੋਈ ਵੀ ਨਾਗਰਿਕ ਬੰਗਲਾਦੇਸ਼ ਤੋਂ ਜਿੱਦਾਂ ਮਾਈਗ੍ਰੇਸ਼ਨ ਹੋ ਰਹੀ ਸੀ ਬਹੁਤ ਵੱਡੇ ਪੱਧਰ ਤੇ, ਬਰਮਾ ਦੇ ਜਿਹੜੇ ਲਤਾੜੇ ਹੋਏ ਫੌਜੀ ਰਾਜ ਦੇ, ਜਿਹੜਾ ਜਨਤਾ ਹੈ ਫੌਜ ਦਾ ਰਾਜ ਜਿਹੜਾ ਉਹਦੇ ਲਤਾੜੇ, ਬਹੁਤ ਸਾਰੇ ਬਰਮੀ ਲੋਕ ਇੱਥੇ ਭਾਰਤ ਵਿੱਚ ਸ਼ਰਨ ਲੈਣ ਆਉਂਦੇ ਨੇ, ਜਾਂ ਜਿਹੜੇ ਪਾਕਿਸਤਾਨ ਤੋਂ ਮੁਸਲਮਾਨ ਜਿਹੜੇ ਸੀਗੇ ਉਸ ਵੇਲੇ ਅਦਲਾ ਬਦਲੀ ਹੋਈ ਪਾਪੂਲੇਸ਼ਨ ਦੀ, ਰਿਫਿਊਜੀ ਲੋਕ ਇੱਥੇ ਆਏ, ਤੁਸੀਂ ਹੁਣ ਕਾਨੂੰਨ ਬਣਾਇਆ ਬਿੱਟੂ ਤੇਰੀ ਪਾਰਟੀ ਨੇ, ਸ਼ਾਇਦ ਤੁਸੀਂ ਪੜ੍ਹ ਨਹੀਂ ਸਕੇ, ਕਿ ਅਸੀਂ ਬਿਨਾਂ ਸ਼ਰਤ ਤੋਂ, ਬਿਨਾਂ ਉਹ ਕਾਗਜ਼ ਪੂਰੇ ਕੀਤੇ ਤੋਂ ਭਾਰਤ ਦਾ ਨਾਗਰਿਕ ਨਹੀਂ ਬਣ ਸਕਦਾ। ਤੁਹਾਡਾ ਪ੍ਰਾਈਮ ਮਿਨਿਸਟਰ ਕਹੇ ਤਾਂ ਠੀਕ, ਬੀਜੇਪੀ ਕਾਨੂੰਨ ਬਣਾਵੇ ਕਿ ਬਿਨਾਂ ਸ਼ਰਤ ਤੋਂ ਇੱਕ ਭਾਰਤੀ ਨਾਗਰਿਕ ਨਹੀਂ ਬਣ ਸਕਦਾ। ਜੇ ਪੰਜਾਬ ਦਾ ਬੰਦਾ ਕੋਈ ਕਹਿ ਦੇ ਕਿ ਪੰਜਾਬ ਦੀ ਵਿੱਚ ਆਉਣ ਵਾਸਤੇ ਆਹ ਸ਼ਰਤਾਂ ਪੂਰੀਆਂ ਕਰਕੇ ਜੀ ਸਕ ਕੇ ਪੰਜਾਬ ਚ ਆਓ, ਤੇ ਉਹ ਦੇਸ਼ ਵਿਰੋਧੀ ਹੋ ਗਿਆ। ਵਾਹੋ ਸ਼ਿਰੋ, ਉਹ ਵਾਹੋ ਲੁਕੋ, ਪੱਗਾਂ ਬੰਨ ਕੇ ਹੋ ਕੇ ਪੰਜਾਬੀ ਤੇ ਬੋਲਦੇ ਜ਼ੁਬਾਨ ਤੁਸੀਂ ਦਿੱਲੀ ਦੇ ਹੋ। ਮੈਂ ਇਸ ਮੁਤਲਕ ਬਿੱਲ ਆਪਣੇ ਭੈਣਾਂ ਭਰਾਵਾਂ ਨੂੰ ਦੱਸਣਾ ਚਾਹੁੰਦਾ ਟਿੱਬਾ ਚ ਵੀ, ਇਹ ਮੈਂ ਉਦਾਂ ਹੀ ਲਫਜ਼ੀ ਗੱਲ ਨਹੀਂ ਕਰ ਰਿਹਾ, ਇਸ ਮੁਤਲਕ ਮੈਂ ਬਿੱਲ 2023 ਦੀ ਜਨਵਰੀ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਕੋਲ ਜਾ ਕੇ ਮਿਲ ਕੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਲੀਡਰ ਆਫ ਆਪੋਜੀਸ਼ਨ ਨੂੰ ਨਾਲ ਲਿਜਾ ਕੇ ਕਾਂਗਰਸ ਲੈਜਿਸਲੇਚਰ ਪਾਰਟੀ ਦੀ ਮੀਟਿੰਗ ਕਰਕੇ ਉਹਦੇ ਵਿੱਚ ਆਪਣਾ ਪੱਖ ਰੱਖ ਕੇ ਬਿੱਲ ਦਿੱਤਾ ਹੋਇਆ ਆਮ ਆਦਮੀ ਪਾਰਟੀ, ਕਿਉਂਕਿ ਕੇਜਰੀਵਾਲ ਤੇ ਰਾਘਵ ਚੱਡਾ ਸ਼ਾਇਦ ਇਹ ਬਿੱਲ ਪਾਸ ਨਹੀਂ ਕਰਨਾ ਚਾਹੁੰਦੇ, ਉਹਨਾਂ ਦੀ ਇੱਛਾ ਵਾ ਕਿ ਨੌਕਰੀਆਂ ਬਾਹਰ ਮਿਲਦੀਆਂ ਰਹਿਣ, ਸਾਨੂੰ ਕੀ ਇਤਰਾਜ਼ ਹੈ। ਇਹ ਬਿੱਲ ਉਹਨਾਂ ਨੇ ਨਾ ਪਾਸ ਕੀਤਾ ਤੇ ਨਾ ਇਸ ਨੂੰ ਰਿਜੈਕਟ ਕੀਤਾ, 3-4 ਸੈਸ਼ਨ ਉਹਦੇ ਲੰਘ ਗਏ ਨੇ। ਇਸ ਲਈ ਮੈਂ ਇਸ ਸੱਥ ਵਿੱਚ ਬੈਠ ਕੇ ਲੋਕਾਂ ਦੇ ਦਰਮਿਆਨ ਭਗਵੰਤ ਮਾਨ ਨੂੰ ਮੈਂ ਖੁੱਲੀ ਬਹਿਸ ਦਾ ਸੱਦਾ ਦਿੰਦਾ, ਕਿਉਂਕਿ ਏਦਾਂ ਤਾੜੀਆਂ ਮਰਵਾ ਕੇ ਕਿਸੇ ਦੇ ਖਿਲਾਫ ਤੂੰ ਤੜਾ ਕਰਕੇ ਕਿਸੇ ਨੁਕਤੇ ਦਾ ਹੱਲ ਨਹੀਂ ਹੁੰਦਾ। ਤੂੰ ਮੇਰੇ ਨਾਲ ਬਹਿਸ ਦਾ ਕੋਈ ਸਮਾਂ ਸਥਾਨ ਸਾਰਾ ਪੁਲਿਸ ਤੰਤਰ ਲੈ ਕੇ ਆ, ਖੱਲਾ ਖਹਿਰਾ ਕੱਲਾ ਹੋਊਗਾ ਤੇ ਤੇਰੇ ਨਾਲ ਇਸ ਮੁੱਦੇ ਦੇ ਉੱਤੇ ਬਹਿਸ ਕਰੂਗਾ। ਅਗਰ ਤੁਸੀਂ ਇਸ ਬਹਿਸ ਦੇ ਵਿੱਚ ਨਹੀਂ ਆਉਂਦੇ, ਭੱਜਦੇ ਹੋ, ਤਾਂ ਸਮਝ ਆ ਜਾਏਗਾ ਕਿ ਤੁਸੀਂ ਚੋਰ ਹੋ, ਤੁਹਾਡੇ ਕੋਲ ਕਿਸੇ ਤਰ੍ਹਾਂ ਦੀ ਕੋਈ ਆਰਗੂਮੈਂਟ ਨਹੀਂ ਹੈ ਇਸ ਮੁੱਦੇ ਦੇ ਖਿਲਾਫ, ਤਾਂ ਫਿਰ ਤੁਸੀਂ ਦੁਬਾਰਾ ਇਸ ਨੁਕਤੇ ਤੇ ਬਿਆਨ ਗਲਤ ਮਤ ਦੇਵੋ। ਔਰ ਜਿਹੜਾ ਮੈਂ ਬਿੱਲ ਉੱਥੇ ਪੇਸ਼ ਕੀਤਾ ਪ੍ਰਾਈਵੇਟ ਮੈਂਬਰਸ ਬਿੱਲ, ਪੰਜਾਬ ਦੀ ਵਿਧਾਨ ਸਭਾ ਦੇ ਸਪੀਕਰ ਦੇ ਕੋਲ, ਉਸ ਮੇਰੇ ਬਿੱਲ ਨੂੰ ਪ੍ਰਵਾਨ ਕਰੋ ਤਾਂ ਕਿ ਇੱਕ ਲਾਅ ਬਣਿਆ ਜਾ ਸਕੇ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ, ਗੁਜਰਾਤ ਦੀ ਤਰਜ਼ ਤੇ, ਔਰ ਉੱਤਰਾਖੰਡ ਦੀ ਤਰਜ਼ ਤੇ, ਕਿ ਕੋਈ ਵੀ ਗੈਰ ਪੰਜਾਬੀ ਨਾ ਸਾਡੀ ਸਰਕਾਰੀ ਨੌਕਰੀ ਲੈ ਸਕੇ, ਨਾ ਜ਼ਮੀਨ ਬਿਨਾਂ ਸ਼ਰਤਾਂ ਪੂਰੀਆਂ ਲੈ ਸਕੇ, ਨਾ ਇੱਥੋਂ ਦਾ ਵੋਟਰ ਬਣ ਸਕੇ। ਜਿਹੜੇ ਸਾਡੇ ਗੈਰ ਪੰਜਾਬੀ ਪੰਜਾਬ ਦੇ ਵਿੱਚ ਆਲਰੇਡੀ, ਮੈਂ ਕੁਛ ਨਹੀਂ ਕਹਿ ਰਿਹਾ, ਉਹ ਸਾਡੇ ਵੱਸ ਚੁੱਕੇ ਨੇ, ਮੈਂ ਉਹਨਾਂ ਦੇ ਕੋਈ ਖਿਲਾਫਤ ਨਹੀਂ ਕਰ ਰਿਹਾ। ਮੈਂ ਤਾਂ ਕਹਿ ਰਿਹਾ ਕਿ ਇਨ ਫਿਊਚਰ ਇੱਕ ਲਾਅ ਬਣਨਾ ਚਾਹੀਦਾ, ਜਿੱਦਾਂ ਕੈਨੇਡਾ ਅਮੈਰੀਕਾ ਨੇ ਵੀ ਲਾਅ ਬਣਾਇਆ, ਜਿੱਦਾਂ ਮੋਦੀ ਸਾਹਿਬ ਨੇ CAA ਅਮੈਂਡ ਕਰਕੇ ਕਿ ਸਾਡੇ ਦੇਸ਼ ਵਿੱਚ ਕੋਈ ਵੀ ਆਵੇਗਾ ਉਹ ਸ਼ਰਤਾਂ ਪੂਰੀਆਂ ਕਰਨ ਤੋਂ ਬਗੈਰ ਨਹੀਂ ਬਣੇਗਾ। ਔਰ ਨਾਲ ਨਾਲ ਇਹ ਮੇਰੀ ਚੁਣੌਤੀ ਵੀ ਹੈ ਕਿ ਤੁਸੀਂ ਮੈਨੂੰ ਜੇਲ੍ਹ ਵਿੱਚ ਸੁੱਟ ਕੇ ਨਾਭੇ ਦੀ, ਤੇ ਕੱਲਿਆਂ ਨੇ ਇੱਕ ਬਹਿਸ ਕਰਾ ਲਈ ਸੀ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ, ਸਾਰਾ ਪੁਲਿਸ ਅਮਲਾ ਸੱਦ ਕੇ ਹਾਲ ਭਰ ਕੇ ਪੁਲਿਸ ਦਾ, ਵਿਰੋਧੀਆਂ ਨੂੰ ਬਾਹਰ ਤਾੜ ਕੇ, ਕਿਸਾਨ ਜਥੇਬੰਦੀਆਂ ਨੂੰ ਬਾਹਰ ਲਤਾੜ ਕੇ, ਉਹ ਬਹਿਸ ਭਗਵੰਤ ਫਰਜੀ ਸੀਗੀ। ਬਹਿਸ ਹੁੰਦੀ ਆ ਪਿੱਪਲ ਦੇ ਛਾਂ ਦੇ ਥੱਲੇ ਉੱਤੇ, ਘੁਮਾਇਓ ਜਰਾ ਦੇਖੋ ਕਿੱਡਾ ਪੁਰਾਣਾ ਪਿੱਪਲ ਆ ਪਿੰਡ ਦਾ, ਆਹ ਦੇਖੋ ਬਹਿਸ। ਇਸ ਨੂੰ ਕਹਿੰਦੇ ਨੇ ਜਨਤਕ ਸੱਥ ਦੇ ਵਿੱਚ ਬਹਿਸ, ਇਸ ਨੂੰ ਕਹਿੰਦੇ ਨੇ ਬਹਿਸ। ਤਾਂ ਅਗਰ ਰੱਖਦੇ ਹੋ ਦਮ, ਅਗਰ ਰੱਖਦੇ ਹੋ ਵਾਕਈ ਪੰਜਾਬ ਦੇ ਪੱਖੀ ਮਾਦਾ,
ਤੇ ਇਸ ਨੁਕਤੇ ਦੇ ਉੱਤੇ ਆਪਣਾ ਪੱਖ ਅੱਛੇ ਤਰੀਕੇ ਨਾਲ ਸਾਫ਼ ਕਰੋ ਜਾਂ ਮੇਰਾ ਬਿੱਲ ਐਕਸੈਪਟ ਕਰੋ। ਜੇ ਨਹੀਂ ਚੰਗਾ ਲੱਗਦਾ ਤੇ ਫਿਰ ਉਹਨੂੰ ਰਿਜੈਕਟ ਕਰਕੇ ਦੱਸੋ ਕਿ ਅਸੀਂ ਪੰਜਾਬ ਦੇ ਬਾਹਰਲੇ ਲੋਕਾਂ ਨਾਲ ਖੜੇ ਹਾਂ, ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਨਹੀਂ ਖੜ ਸਕਦੇ। ਮੰਨੋ ਸਿੱਧੇ ਤੌਰ ਤੇ ਇਹ ਮੇਰਾ ਅੱਜ ਦਾ ਵਿਸ਼ਾ ਸੀਗਾ। ਅਗਰ ਤੁਹਾਨੂੰ ਠੀਕ ਲੱਗਿਆ ਮੇਰੀਆਂ ਸੱਚੀਆਂ ਪੱਕੀਆਂ ਗੱਲਾਂ ਤੇ ਇਸ ਮੇਰੇ ਨੁਕਤੇ ਨੂੰ ਸਾਰੀ ਦੁਨੀਆਂ ਵਿੱਚ ਅੱਛੀ ਤਰ੍ਹਾਂ ਸ਼ੇਅਰ ਕਰੋ ਤਾਂ ਕਿ ਅਸੀਂ ਪੰਜਾਬ ਦੀ ਆਬਾਦੀ ਦੇ ਸੰਤੁਲਨ ਨੂੰ ਬਚਾ ਸਕੀਏ, ਆਪਣੀ ਹੋਂਦ ਬਚਾ ਸਕੀਏ, ਆਪਣੀ ਪੱਗ ਤੇ ਆਪਣੀ ਜ਼ੁਬਾਨ ਤੇ ਆਪਣਾ ਸੱਭਿਆਚਾਰ ਬਚਾ ਸਕੀਏ। ਅਗਰ ਤੁਹਾਨੂੰ ਸਾਰਿਆਂ ਨੂੰ ਮੇਰੇ ਨਾਲ ਤੁਸੀਂ ਸਹਿਮਤ ਹੋ ਇਸ ਤਾਂ ਮੈਂ ਤਿੱਬੇ ਦੇ ਨਿਵਾਸੀਆਂ ਨੂੰ ਕਹੂੰਗਾ ਇੱਕ ਵਾਰੀ ਹੱਥ ਖੜੇ ਕਰਕੇ ਮੈਂ ਜਕਾਰਾ ਛੱਡੂਗਾ, ਇਹਨੂੰ ਪ੍ਰਵਾਨਗੀ ਦਿਓ। ਹੱਥ ਥੱਲੇ ਨਹੀਂ ਕਰਨੇ, ਹੱਥ ਸਾਰੇ ਉੱਤੇ ਰੱਖਣੇ ਆ। ਬੋਲੇ ਸੋ ਨਿਹਾਲ, ਬੋਲੇ।